ਮੇਰਾ ਇੱਕ ਸਵਾਲ ਹੈ, ਕਿਹੜੇ ਲੋਕ ਕੈਨੇਡਾ ਜਾਣ? ਕਿਹਦੇ ਲਈ ਕੈਨੇਡਾ ਵਧੀਆ? ਸੋ ਜੇ ਗੱਲ ਕੈਨੇਡਾ ਜਾਣ ਦੀ ਹੁੰਦੀ ਹੈ, ਮਿਹਨਤੀ ਬੰਦਾ ਕੈਨੇਡਾ ਜਾਵੇ ਉਹਦੇ ਲਈ ਕੈਨੇਡਾ ਵਧੀਆ। ਜਿਹੜਾ ਬੰਦਾ ਇੱਥੇ ਲੱਖ ਡੇਢ ਲੱਖ ਰੁਪਇਆ ਕਮਾਉਂਦਾ ਪਿਆ ਜੀ ਮਹੀਨੇ ਦਾ, ਚਾਹੇ ਉਹ ਜੋਬ ਕਰਦਾ ਪਿਆ ਚਾਹੇ ਉਹ ਬਿਜ਼ਨਸ ਕਰਦਾ ਪਿਆ, ਸੋ ਉਹਨੂੰ ਮੈਂ ਹੀ ਕਹੂੰਗਾ ਜੀ ਤੇਰੇ ਲਈ ਇੰਡੀਆ ਭਾਈ ਠੀਕ ਹੈਗਾ, ਬਟ ਇਨਕਮ ਅਗਰ ਅੱਛੀ ਨਹੀਂ ਹੈਗੀ ਤੁਹਾਡੀ ਇੰਡੀਆ ਦੇ ਵਿੱਚ, ਇਹ ਜੋਬਸ ਐਸੀਆਂ ਕਿ ਤੁਸੀਂ ਆਪਣੀ ਨੀਡਸ ਨੂੰ ਫੁਲਫਿਲ ਨਹੀਂ ਕਰ ਪਾ ਰਹੇ, ਸੋ ਉਸ ਬੰਦੇ ਲਈ ਕੈਨੇਡਾ ਵਧੀਆ। ਬਹੁਤ ਜ਼ਿਆਦਾ ਨੈਗੇਟਿਵ ਰਿਊਮਰਸ ਵੀ ਹੈਗੇ ਆ ਕੈਨੇਡਾ ਨੂੰ ਲੈ ਕੇ, ਕੰਮ ਨੂੰ ਲੈ ਕੇ ਚਾਹੇ ਅਗਰ ਆਪਾਂ ਗੱਲ ਕਰਦੇ, ਬਟ ਜਿਹੜੇ ਬੰਦੇ ਦੇ ਅੰਦਰ ਸਕਿੱਲ ਹੈ ਜਾਂ ਜਿਹੜਾ ਬੰਦਾ ਪਤਾ ਹੈ ਕਿ ਅੱਜ ਮੇਰੇ 'ਤੇ ਜ਼ਿੰਮੇਵਾਰੀ ਹੈ, ਮੈਂ ਪੈਸੇ ਚੁੱਕ ਕੇ ਆਇਆ ਜਾਂ ਮੈਂ ਅਰੇਂਜ ਕਰਕੇ ਆਇਆ, ਮੈਂ ਮੋੜਨੇ ਆ, ਸੋ ਉਹ ਬੰਦੇ ਮਿਹਨਤ ਕਰਦੇ ਆ ਜਾਂ ਜਿਹਦੇ ਵਿੱਚ ਚੰਗੀ ਸਕਿੱਲ ਹੈਗੀ ਹੈ, ਕੋਈ ਕੰਮ ਨੂੰ ਹੱਥੀਂ ਗੁਣ ਹੈਗਾ ਜਾਣਦੇ ਨੇ, ਉਹ ਬੰਦੇ ਵਾਸਤੇ ਕੈਨੇਡਾ ਵਧੀਆ। ਸੋ ਕੈਨੇਡਾ ਵਿੱਚ ਬੰਦਾ ਬੈਠਾ ਪਰੇਸ਼ਾਨ ਨਹੀਂ ਹੈਗਾ, ਇੰਡੀਆ 'ਚ ਬੰਦਾ ਬੈਠਾ ਪਰੇਸ਼ਾਨ ਹੈ, ਨੈਗੇਟਿਵ ਇੰਡੀਆ ਦੇ ਵਿੱਚ ਬੰਦਾ ਬੈਠਾ ਹੋਇਆ। ਬਟ ਜਦੋਂ ਆਪਾਂ ਕੈਨੇਡਾ ਜਾਂਦੇ ਹਾਂ, ਪਤਾ ਅੱਜ ਮੇਰੇ 'ਤੇ ਇੱਕ ਰਿਸਪੋਂਸੀਬਿਲਟੀ ਪੈ ਚੁੱਕੀ ਹੈ, ਮੈਂ ਕੰਮ ਕਰਨਾ, ਉਹ ਬੰਦਾ ਕੰਮ ਕਰਦਾ, ਉਹਦੇ ਵਾਸਤੇ ਕੈਨੇਡਾ ਵਧੀਆ।